ਲੋਕਾਂ ਨੂੰ ਪੁਲਿਸ ਦੀ ਨੌਕਰੀ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗਣ ਵਾਲੇ ਇੱਕ ਨੌਸਰਬਾਜ਼ ਨੂੰ ਮਲੇਰ ਕੋਟਲਾ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ ਜੋ ਕਿ ਭੋਲੇ ਭਾਲੇ ਲੋਕਾਂ ਨੂੰ ਪੁਲਿਸ ਦੀ ਵਰਦੀ ਵਿੱਚ ਪੁਲਿਸ ਦੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਹੇਠਦਾ ਸੀ ਪੁਲਿਸ ਵੱਲੋਂ ਇਸ ਆਰੋਪੀ ਦੇ ਦੋ ਸਾਥੀਆਂ ਨੂੰ ਵੀ ਕਾਬੂ ਕੀਤਾ ਗਿਆ ਹੈ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਪੁਲਿਸ ਚ ਭਰਤੀ ਕਰਾਉਣ ਦੇ ਨਾਂ ਦੇ ਉੱਤੇ ਉਹਨਾਂ ਕੋਲ ਪੈਸੇ ਲਏ ਹੋਏ ਨੇ ਇਹਨੇ ਉਹਨਾਂ ਕੋਲੋਂ ਵੀ 2,45,000 ਰੁਪਇਆ ਭਰਤੀ ਕਰਾਉਣ ਦੇ ਲਿਆ ਸੀਗਾ ਖੁਦ ਜਿਹੜਾ ਨਾ ਹੀ ਪੁਲਿਸ 'ਚ ਹੈ ਜੈਲੀ ਹੈ ਔਰ ਪੁਲਿਸ ਦੀ ਹਵਾਲਦਾਰ ਦੀ ਵਰਦੀ ਪਾ ਕੇ ਇੱਥੇ ਫਿਰ ਰਿਹਾ ਅਗਰ ਇਹਨੂੰ ਪਕੜਿਆ ਜਾਏ ਬਹੁਤ ਸਾਰੇ ਜਿਹੜੇ ਆ ਇਹਦੇ ਜਿਹੜੀਆਂ ਲੋਕਾਂ ਨੇ ਠੱਗੀਆਂ ਮਾਰੀਆਂ ਸਾਹਮਣੇ ਆ ਸਕਦੀਆਂ ਜੋ ਇਸੇ ਪਵਿੱਤਰ ਸਿੰਘ ਨੇ ਕੱਲ੍ਹ ਨਾਕਾ ਲਗਾਇਆ ਸੀ ਆਲਟੋ ਕਾਰ ਦੇ ਉੱਤੇ ਮੈਨੂੰ ਗ੍ਰਿਫਤਾਰ ਕੀਤਾ ਗਿਆ ਆਪਣੇ ਸਾਥੀ ਨੇ ਇਹਦੇ ਨਾਲ ਦੋ ਜਣੇ ਅਤੇ ਇਹਨਾਂ ਨੂੰ ਕੱਲ੍ਹ ਅਰੈਸਟ ਕੀਤਾ ਅੱਜ ਕੋਰਟ 'ਚ ਪੇਸ਼ ਕੀਤਾ ਸਰ ਟੋਟਲ ਕਿੰਨੇ ਬੰਦਿਆਂ ਨਾਲ ਠੱਗੀ ਜਿਹੜੀ ਮਾਰੀ ਉਸਨੇ ਕਿਹਾ ਕਿ ਉਹ ਪੁਲਿਸ ਦੀ ਵਰਦੀ ਲਹਿਰੇ ਸ਼ਹਿਰ ਤੋਂ ਹੀ ਸਲਵਾਈ ਸੀ ਜਿਸ ਤੋਂ ਬਾਅਦ ਉਹ ਉਸਨੂੰ ਪਹਿਨ ਕੇ ਲੋਕਾਂ ਨੂੰ ਧੋਖਾ ਦਿੰਦਾ ਸੀ ਅਤੇ ਪੁਲਿਸ ਵਿੱਚ ਨੌਕਰੀ ਦਿਲਾਉਣ ਬਦਲੇ ਮੋਟੇ ਪੈਸੇ ਠੱਗਦਾ ਸੀ ਕਿੱਥੋਂ ਸਿਲਾਏ ਸੀ ਵਰਦੀ ਮੈਂ ਲਹਿਰੇ ਕਾਕੇ ਤੋਂ ਜੀ ਰਾਜਵਿੰਦਰ ਟੇਲਰ ਤੋਂ ਸੀ ਆਪਣੇ ਦਿਮਾਗ 'ਚ ਆ ਗਿਆ ਵੀ ਮੈਂ ਵੱਧ ਤੋਂ ਵੱਧ ਪੈਸੇ ਕਮਾਉਂਗਾ ਪੜ੍ਹੇ ਲਿਖੇ ਕਿੰਨੇ ਪੜ੍ਹਿਆ ਮੈਂ 12 ਪੜ੍ਹਿਆ ਹਾਂਜੀ ਮੈਂ ਬਹੁਤ ਵੱਡੀ ਗਲਤੀ ਕੀਤੀ ਹੈ ਜੀ ਬਹੁਤ ਵੱਡੀ ਗਲਤੀ ਕੀਤੀ ਮੈਂ ਹਰ ਇੱਕ ਦਾ ਪੈਸਾ ਵਾਪਸ ਕਰ ਦਿੱਤਾ ਮਲੇਰਕੋਟਲਾ ਤੋਂ ਸੁਖਾ ਖਾਨ ਦੀ ਰਿਪੋਰਟ ਚੈਨਲ 2